ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜਗਤ ਗੁਰੂ ਬਾਬਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੀ ਅਹਿਮ ਇਤਿਹਾਸਕ ਕਥਾ। ਜਦੋਂ ਹਜ਼ੂਰ ਜੀ ਭੇਵੇ ਸੂਰਜ ਗ੍ਰਹਿਣ ਮੌਕੇ ਪੁੱਜੇ ਤਾਂ ਇੱਥੋਂ ਦੇ ਅਨੇਕ ਧਾਰਮਿਕ ਰੋਹ ਰੀਤਾਂ ਨਿਭਾਉਣ ਵਾਲੇ ਤਥਾ ਕਥਿਤ ਧਾਰਮਿਕ ਆਗੂਆਂ ਨੇ ਇੱਕ ਦੰਦ ਕਥਾ ਪ੍ਰਸਿੱਧ ਕੀਤੀ ਹੋਈ ਸੀ ਵੀ ਇੱਕ ਇਸਤਰੀ ਨੇ ਆਪਣੇ ਕੰਨ ਦਾ ਗਹਿਣਾ, ਜਿਹਨੂੰ ਵਾਲੀ ਕਿਹਾ ਜਾਂਦਾ, ਤਲਾਬ ਵਿੱਚ ਭੇਟ ਕੀਤੀ। ਇਸ਼ਨਾਨ ਕਰਕੇ ਉਹ ਇੰਨੇ ਕੁ ਵੱਡੇ ਆਕਾਰ ਦੀ ਹੋ ਗਈ ਕਿ ਵੱਧ ਕੇ ਰੱਥ ਦੇ ਪਹੀਏ ਵਰਗੀ। ਇਹ ਪ੍ਰਚਾਰ ਕੀਤਾ ਗਿਆ ਕਿ ਦਾਨ ਦੇਣਾ ਬਹੁਤ ਚੰਗਾ ਹੈ, ਇੱਥੇ ਦਿੱਤਾ ਹੋਇਆ ਦਾਨ ਸਵਰਗ ਲੋਕ ਵਿੱਚ 100 ਗੁਣਾ ਹੋ ਕੇ ਫਲਦਾ ਹੈ, ਇਹ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਬਾਬਾ ਜੀ ਬੜੇ ਹੈਰਾਨ ਹੋਏ ਕਿ ਭੋਲੀ ਭਾਲੀ ਜਨਤਾ, ਆਮ ਲੋਕ ਇਹਨਾਂ ਤਥਾ ਕਥਿਤ ਧਾਰਮਿਕ ਲੋਕਾਂ ਦੇ ਚੁੰਗਲ ਵਿੱਚ ਕਿਵੇਂ ਫਸੇ ਹੋਏ ਨੇ। ਤਾਂ ਹਜ਼ੂਰ ਮਹਾਰਾਜ ਜੀ ਨੇ ਇਕੱਤਰ ਹੋਏ ਉਹਨਾਂ ਸਭ ਲੋਕਾਂ ਨੂੰ ਆਪਣੀ ਮੁਬਾਰਕ ਰਸਨਾ ਤੋਂ ਇਹ ਬਚਨਾਂ ਦੁਆਰਾ ਜਾਣਨਾ ਚਾਹਿਆ। ਹਜ਼ੂਰ ਕਹਿੰਦੇ, ਤੁਸੀਂ ਸੱਚੀ ਸੱਚੀ ਗੱਲ ਦੱਸਣਾ ਵੀ ਇਵੇਂ ਤਾਂ ਫਿਰ ਪਾਪ ਉਸ ਤੋਂ ਵੀ ਕਈ ਗੁਣਾ ਫਲਣਾ ਫੁੱਲਣਾ ਚਾਹੀਦਾ। ਆਪੋ ਆਪਣੇ ਅੰਦਰ ਝਾਤੀ ਮਾਰੋ, ਵੇਖੋ ਕਿ ਕਿੰਨੇ ਕਿੰਨੇ ਪਾਪ ਕੀਤੇ ਨੇ। ਜੇ ਉਹ ਵੀ ਇਸੇ ਰਫ਼ਤਾਰ ਨਾਲ ਵੱਧਦੇ ਫਲਦੇ ਗਏ ਤਾਂ ਕੀ ਹੋਊਗਾ। ਉਹਨਾਂ ਤਥਾ ਕਥਿਤ ਧਾਰਮਿਕ ਆਗੂਆਂ ਨੂੰ ਕੋਈ ਜਵਾਬ ਨਾ ਆਵੇ, ਨਿਰੁੱਤਰ ਹੋ ਗਏ। ਕਹਿੰਦੇ, ਜੀ ਰਾਜਾ ਪਿਰਥੂ ਨੇ ਆਪਣੇ ਪਿੱਤਰਾਂ ਦੀ ਆਤਮਿਕ ਸ਼ਾਂਤੀ ਲਈ ਇੱਥੇ ਪਿਰਥੂ ਉਦਕ ਪਣ ਘਾਟ ਬਣਾਇਆ ਸੀ। ਇਸ ਥਾਂ ਦੇ ਇਸ਼ਨਾਨ ਦਾ ਮਹੱਤਵ ਸਾਨੂੰ ਪ੍ਰਾਪਤ ਹੋਵੇਗਾ ਜਾਂ ਨਹੀਂ, ਇਹ ਰਵਾਇਤੀ ਚੱਲੇ ਆਉਂਦੇ ਵਿਚਾਰਾਂ ਨੂੰ ਲਿਖਤ ਜਾਂ ਸੀਨੇ ਵਸੀਨੇ ਇੱਥੇ ਦੀ ਇਹ ਮੰਨਤ ਮਨੌਤ ਹੈ। ਜਗਤ ਗੁਰੂ ਬਾਬਾ ਜੀ ਕਹਿੰਦੇ, ਸੁਣੋ, ਜਿਸ ਜਲ ਨਿੱਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀਂ ਜੀਓ। ਹਜ਼ੂਰ ਕਹਿੰਦੇ, ਜਿਸ ਮੁਕਤੀ ਲਈ ਇਵੇਂ ਦਾ ਦਿਖਾਵੇ ਵਾਲੇ ਕਰਮਕਾਂਡ ਕਰਕੇ ਅਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹੋ, ਇਹ ਸਭ ਕੁਝ ਨਿਹਫਲ ਹੈ, ਇਹਦਾ ਕੋਈ ਫਲ ਨਹੀਂ ਹੈਗਾ। ਕਿਉਂਕਿ ਹਜ਼ੂਰ ਮਹਾਰਾਜ ਕਹਿੰਦੇ, ਜਿੰਨੇ ਵੀ ਸ਼ੁਭ ਕਰਮ ਹਨ, ਫਲ ਸ਼ੁਭ ਕਰਮਾਂ ਦਾ ਪ੍ਰਾਪਤ ਹੁੰਦਾ ਹੈ। ਸਫਲ ਕਰਨ ਲਈ ਸਮਰੱਥ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ। ਸਿਮਰਨ ਕਰੋ, ਚਿੰਤਨ ਕਰੋ, ਜਿਸ ਨਾਮ ਨੇ ਲੋਕ ਅਤੇ ਪਰਲੋਕ ਦੋਵਾਂ ਥਾਵਾਂ 'ਤੇ ਸਹਾਇਤਾ ਕਰਨੀ ਹੈ। ਗਹਿਣਾ ਡਿੱਗਣ ਦੀ ਇਹ ਮਨ ਘੜੰਤ ਬਣਾਈ ਹੋਈ ਤੁਹਾਡੀ ਕਹਾਣੀ, ਇਹਦੇ ਪਿੱਛੇ ਕੋਈ ਸੱਚਾਈ ਨਹੀਂ ਹੈ। ਕਿਸੇ ਮਾਈ ਦੇ ਕੰਨ ਦੀ ਵਾਲੀ ਡਿੱਗ ਪਈ ਹੋਣੀ ਅਤੇ ਉਹਨੂੰ ਇਹਨਾਂ ਨੇ ਦਾਨ ਦਕਸ਼ਣਾ ਦਾ ਐਸਾ ਪ੍ਰਪੰਚ ਕਰਕੇ ਲੋਕਾਂ ਨੂੰ ਭਰਮਾਇਆ, ਉਸੇ ਭਰਮ ਜਾਲ ਵਿੱਚ ਫਸੇ ਹੋਏ ਲੋਕ ਤੁਹਾਡੇ ਵਰਗੇ ਤਥਾ ਕਥਿਤ ਧਾਰਮਿਕ ਆਗੂਆਂ ਦਾ ਕਹਿਣਾ ਮੰਨ ਕੇ ਕੋਈ ਕੁਝ ਦਾਨ ਕਰਦਾ ਹੈ, ਕੋਈ ਪਿੰਡ ਭਰਾਉਂਦਾ ਕੇ ਕੁਝ ਪੂਜਾ, ਕੋਈ ਦਿਖਾਵੇ ਦੇ ਪਾਠ, ਅਨੇਕ ਤਰ੍ਹਾਂ ਦੇ ਕਰਮ ਕਾਂਡ ਕੀਤੇ ਲੋਕ ਆਪਣੇ ਪੂਰਵਜਾਂ ਦੇ, ਆਪਣੇ ਬੀਤੇ ਦੇ ਮਰ ਚੁੱਕੇ ਲੋਕਾਂ ਦੇ ਭਲੇ ਵਾਸਤੇ ਇਹ ਕੁਝ ਦਾਨ ਦਕਸ਼ਣਾ ਹੀ ਲਈ ਜਾ ਰਹੇ ਨੇ। ਸੋ ਸਤਿਗੁਰੂ ਪਾਤਸ਼ਾਹ ਨੇ ਇੱਕ ਕਾਲ ਪੁਰਖ ਪਰਿਪੂਰਨ ਈਸ਼ਵਰ ਦੇ ਨਾਮ ਨੂੰ ਹਿਰਦੇ 'ਚ ਵਸਾਉਣ ਲਈ ਇੱਕ ਪਰਮਾਤਮਾ ਦੀ ਭਗਤੀ ਕਰਨ ਦਾ ਉਪਦੇਸ਼ ਦ੍ਰਿੜ ਕਰਵਾਇਆ, ਤਾਂ ਜਾ ਕੇ ਉਹ ਸਭ ਦੇ ਸਭ ਜਿਹੜੇ ਦਿਖਾਵੇ ਮਾਤਰ ਆਪਣੇ ਆਪ ਨੂੰ ਮਹਾਨ ਕਹਾਉਂਦੇ ਸਨ, ਉਹਨਾਂ ਸਾਰਿਆਂ ਨੂੰ ਸਤਿਗੁਰਾਂ ਦੀ ਹਜ਼ੂਰੀ 'ਚ ਆ ਕੇ ਮਾਫ਼ੀ ਮੰਗਣੀ ਪਈ। ਔਰ ਗਲਤੀ ਦਾ ਅਹਿਸਾਸ ਵੀ ਹੋਇਆ, ਹਜ਼ਾਰਾਂ ਲੋਕਾਂ ਨੇ ਗੁਰੂ ਬਾਬਾ ਜੀ ਦੇ ਇਹਨਾਂ ਮਹਾਨ ਬਚਨਾਂ ਨੂੰ ਸੁਣ ਕੇ ਬੜੀ ਖੁਸ਼ੀ ਪ੍ਰਗਟਾਈ ਔਰ ਸਤਿਗੁਰਾਂ ਦਾ ਜਿੱਥੇ ਕੋਟਾਨ ਕੋਟ ਵਾਰ ਸ਼ੁਕਰਾਨਾ ਕੀਤਾ, ਉੱਥੇ ਆਪਣੇ ਆਪ ਨੂੰ ਵੀ ਐਸੇ ਮਾਨ ਰਹਿਬਰ ਦੇ ਦਰਸ਼ਨ ਦਿਦਾਰ ਪਾ ਕੇ
अपना जन्म जीवन तंता दे जोग समझिया। सो ऐसे जगत गुरु बाबा जी जिथे किते भी जांदे, जिथे किते भी कोई वार्तालाप हुंदी, कोई विचार विमर्श हुंदा, उत्थे हजूर केवल एक करते पुरख वाहिगुरु जी की उपमा ही दृढ़ करवाउंदे सन। सतगुरां ने रहमतां वरसाईआं, विचारां दौरान होई भुल चुक दी खिमा। धन्नवाद। वाहिगुरु जी का खालसा, वाहिगुरु जी की फतेह।